बढ़िया की है क्या था ना थे देखो मैं ला के देता हूं ना ਕਾਲੇ ਘਣੂਪੁਰ ਰੋਡ ਤੇ ਬਾਈ ਮਾਤਾ ਰਾਣੀ ਦੀ ਬੈਕ ਸਾਈਡ ਫੈਕਟਰੀ ਹੈ ਸ਼ੋਲਾਂ ਦੀ ਹੈਗੀ ਸੀ ਬਾਹਰੋਂ ਮਾਲ ਲਿਆ ਕੇ ਫੈਕਟਰੀਆਂ ਤੋਂ ਕਟਾਈ ਕਰਕੇ ਉਹਨਾਂ ਨੂੰ ਵਾਪਸ ਦੇਈਦਾ ਸੀ ਮਹਿੰਗੇ ਭਾਅ ਦੇ ਮਾਲ ਹੈਗੇ ਸੀ ਸਾਢੇ ਸੱਤ ਵਜੇ ਤੇ ਕੰਮ ਕਰਦੇ ਹੁਣ ਡੇਢ ਕੁ ਸਾਲ ਹੀ ਹੋਇਆ ਜੇ ਤੇ ਅੱਜ ਅਸੀਂ ਹੁਣ ਸਾਢੇ ਸੱਤ ਵਜੇ ਫੈਕਟਰੀ ਵਧਾ ਕੇ ਗਏ ਹਾਂ ਲੋਕ ਲਾਗ ਲਗਾ ਕੇ ਤੇ ਸਾਢੇ ਕੁ ਅੱਠ ਵਜੇ ਫੋਨ ਕਰਤਾ ਇਹਨਾਂ ਨੇ ਜਿਹੜੇ ਅੰਦਰ ਰਹਿੰਦੇ ਆ ਸ਼ੋਰਟ ਸਰਕਟ ਨਾਲ ਅੱਗ ਲੱਗ ਗਈ ਹੈ ਕਿੰਨੇ ਦਾ ਨੁਕਸਾਨ ਤੇ ਅੱਧੇ ਘੰਟੇ ਬਾਅਦ ਆਈ ਅੱਗ ਫੇਰ ਬੱਚ ਲਾਪੀ ਹੁਣ ਕੀ ਕਰ ਸਕਦੇ ਹਾਂ ਅੱਜ ਵੇਲੇ ਕੁਛ ਨੀ ਸੁੱਜ ਰਿਹਾ ਮੈਂ ਪਰਮਜੀਤ ਫਾਇਰ ਬ੍ਰਿਗੇਡ ਦਾ ਮੁਲਾਜ਼ਮ ਔਰ ਸਾਨੂੰ ਕੁਛ 21 ਵੱਜ ਗਏ ਜਾਣੀ ਕਿ 9 ਵੱਜ ਗਏ 5 ਮਿੰਟ 'ਤੇ ਸਾਨੂੰ ਇਤਲਾਹ ਮਿਲੀ ਹੈ ਟਾਊਨ ਹਾਲ ਤੋਂ ਬਲਦੇਵ ਸਿੰਘ ਨੇ ਇਤਲਾਹ ਦਿੱਤੀ ਕਿ ਘਣੂਪੁਰ ਕਾਲੇ ਮਾਤਾ ਦੇ ਮੰਦਿਰ ਕੋਲ ਮੜੀਆਂ ਦੇ ਕੋਲ ਅੱਗ ਲੱਗੀ ਆ ਅਸੀਂ ਫੌਰਨ ਉਸੇ ਵੇਲੇ ਗੱਡੀ ਕੱਢ ਲਈ ਔਰ ਪੰਜ ਮਿੰਟ ਲੱਗੇ ਹੋਣੇ ਸਾਨੂੰ ਇੱਥੋਂ ਤੱਕ ਪਹੁੰਚਦੇ ਹਾਂ ਆ ਕੇ ਵੇਖਿਆ ਕਿ ਅੱਗ ਬਹੁਤ ਜ਼ਿਆਦਾ ਸੀ ਪੈਪ ਖਿਲਾਰ ਕੇ ਅੱਗ ਬੁਝਾਈ ਅੰਦਰ ਸਿਲੰਡਰ ਪਿਆ ਸੀ ਈਵਨ ਕਿ ਸਿਲੰਡਰ ਅਸੀਂ ਮਿੰਟੋ ਮਿੰਟੀ ਕੱਢਣ ਦੀ ਕੋਸ਼ਿਸ਼ ਕੀਤੀ ਜੇ ਉਹ 5 ਮਿੰਟ ਹੋਰ ਰਹਿ ਜਾਂ ਤਾਂ ਸਿਲੰਡਰ ਬਲਾਸਟ ਹੋ ਜਾਣਾ ਸੀ ਇੱਥੇ ਗੱਡੀ ਮੌਕੇ 'ਤੇ ਇੱਕ ਆਈ ਬਾਕੀ ਬਾਅਦ 'ਚ ਆ ਗਈਆਂ ਗੱਡੀਆਂ ਉਸੇ ਵੇਲੇ ਮਿੰਟੋ ਮਿੰਟੀ ਗੱਡੀਆਂ ਬਾਕੀ ਆ ਗਈਆਂ ਅੱਗ ਬਹੁਤ ਜ਼ਿਆਦਾ ਸੀ ਅੱਗ ਸਾਰੇ ਬਲ ਡਿਆ ਸੀ ਕਾਰਖਾਨੇ ਅੱਗ ਬਲ ਡਿਆ ਅੱਗ ਇਹ ਦੂਜਾ ਕੰਬਲਾਂ ਦਾ ਸੀਗਾ ਅਤੇ ਹੁਣ ਕੰਟਰੋਲ 'ਚ ਅੱਗ ਪੂਰੀ ਕੰਟਰੋਲ 'ਚ ਸਾਡੇ ਮੁਲਾਜ਼ਮ ਅੰਦਰ ਕੰਮ ਕਰ ਰਹੇ ਆ ਔਰ ਤਨਦੇਹੀ ਨਾਲ ਕੰਮ ਕਰ ਰਹੇ ਆ ਔਰ ਸਾਰੀ ਅੱਗ ਬੁੱਝ ਚੁੱਕੀ ਆ ਸਿਰਫ ਫੋਲਣ ਵਾਲੀ ਰਹਿ ਗਈ ਆ ਅੱਗ ਫੋਲ ਕੇ ਫਿਰ ਇਹਨੂੰ ਪੂਰਨ ਤੌਰ 'ਤੇ ਬੁਝਾ ਕੇ ਅਸੀਂ ਤਸੱਲੀ ਕਰਾ ਕੇ ਫਿਰ ਜਾਵਾਂਗੇ ਅਸੀਂ ਇਹ ਸਰਕਟ ਸ਼ਾਰਟ ਨਾਲ ਅੱਗ ਲੱਗੀ ਹੈ ਫਾਇਰ ਬ੍ਰਿਗੇਡ ਆਈ ਹੈ ਬੁਝਾ ਰਹੀ ਹੈ ਜੀ ਕਾਹਦੀ ਫੈਕਟਰੀ ਸੀ ਜੀ ਇਹ ਛਾਲਾਂ ਤੋਂ ਜਿਹੜੀ ਉਹ ਬੁਰਬਰ ਲਾਉਂਦੇ ਆ ਨਾ ਜਿਹੜਾ ਕਢਾਈ ਹੁੰਦੀ ਆ ਛਾਲਾਂ ਤੋਂ ਬੁਰ ਲੈਂਦੀ ਉਹ ਫੈਕਟਰੀ ਸੀ ਮਾਲਕ ਨੇ ਇਹਨਾਂ ਨੇ ਕਿਰਾਏ 'ਤੇ ਲਈ ਗੋਲਡ ਇਨਾਮ ਦਾ ਲੜਕਾ ਇਹਨੇ ਕੋਈ ਕਿਰਾਏ 'ਤੇ ਲਈ ਆ ਇੱਥੇ ਕੰਮ ਕਰਕੇ ਜਿਹੜਾ ਬਾਹਰ ਫਰਮਾਂ ਦਾ ਮਾਲ ਜਿਹੜਾ ਤਿਆਰ ਕਰਕੇ ਦਿੰਦਾ ਸੀ